हेलो फ्रेंड्स, वेलकम टू जेसिकास किचन। आज असं बना जा रहे हैं बंद छोले। बंद छोले बनाने वास्ते असी लवेंगे अनियन, असी दो प्याज ले हैं, दो लार्ज साइज के प्याज, वो असी बारीक और थोड़े लंबे कट ले हैं, इस तरह थोड़े लंबे कटांगे। ग्रीन चिलीज अकॉर्डिंग टू टेस्ट, असी इतने टू ग्रीन चिलीज ली हैं, वन टोमैटो मीडियम साइज एंड एक शिमला मिर्च, ਉਹਨੂੰ ਵੀ ਅਸੀਂ ਬਰੀਕ ਚੌਪ ਕਰ ਲਾਂਗੇ। ਐਂਡ ਨਿੰਬੂ ਅਸੀਂ ਲਵਾਂਗੇ 2.5 ਟੇਬਲ ਸਪੂਨ ਨਿੰਬੂ, ਉਹਦਾ ਅਸੀਂ ਰਸ ਨਿਕਾਲ ਲਾਂਗੇ। ਨਮਕ, ਗਰਮ ਮਸਾਲਾ, ਦੇਗੀ ਮਿਰਚ, ਆਇਲ ਐਂਡ ਚਨੇ ਅਸੀਂ ਲਵਾਂਗੇ ਤਕਰੀਬਨ 200 ਗ੍ਰਾਮ ਬੋਇਲਡ ਚਨੇ ਲਏ ਹੈ। ਐਂਡ ਟੂ ਬੰਸ, ਇਸ ਤਰ੍ਹਾਂ ਅਸੀਂ ਦੋ ਬੰਸ ਲੈ ਲਾਂਗੇ। ਹੁਣ ਅਸੀਂ ਬਣਾਉਣਾ ਸਟਾਰਟ ਕਰਦੇ ਹਾਂ। ਓਕੇ, ਹੁਣ ਅਸੀਂ ਇੱਕ ਪੈਨ ਵਿੱਚ ਆਇਲ ਗਰਮ ਕਰਾਂਗੇ। ਬਿਲਕੁਲ ਥੋੜ੍ਹਾ ਆਇਲ ਅਸੀਂ ਲਿਆ ਨੋਨ ਸਟਿਕ ਪੈਨ ਵਿੱਚ, ਥੋੜ੍ਹਾ ਜਿਹਾ ਆਇਲ ਪਾ ਕੇ ਫਿਰ ਜਿਹੜਾ ਪਿਆਜ਼ ਅਸੀਂ ਕੱਟਿਆ ਉਹਦਾ ਹਾਫ ਪੋਰਸ਼ਨ ਅਸੀਂ ਪਿਆਜ਼ ਦਾ ਪਾਵਾਂਗੇ, ਹਾਫ ਇਸ ਤਰ੍ਹਾਂ ਹੀ ਰਹਿਣ ਦਾਂਗੇ। ਹਾਫ ਟਮਾਟਰ, ਉਹ ਵੀ ਅਸੀਂ ਨਾਲ, ਟਮਾਟਰ ਪੂਰਾ ਅਸੀਂ ਉਹ ਨਾਲ ਹੀ ਪਾ ਦਾਂਗੇ। ਸ਼ਿਮਲਾ ਮਿਰਚ ਵੀ ਕੱਟੀ ਹੋਈ ਸਾਰੀ ਪਾ ਦਾਂਗੇ। ਹੁਣ ਇਹਨੂੰ ਅਸੀਂ ਥੋੜ੍ਹੀ ਦੇਰ ਕੁੱਕ ਕਰਾਂਗੇ। 1 ਮਿੰਟ ਕੁੱਕ ਕਰਨ ਤੋਂ ਬਾਅਦ ਅਸੀਂ ਵਿੱਚ ਨਮਕ ਐਡ ਕਰਾਂਗੇ, ਸਾਲਟ ਅਕੋਰਡਿੰਗ ਟੂ ਟੇਸਟ, ਗਰਮ ਮਸਾਲਾ ਹਾਫ ਟੀ ਸਪੂਨ, ਗਰਮ ਮਸਾਲਾ, ਰੈੱਡ ਚਿੱਲੀ ਪਾਊਡਰ ਵੀ ਅਸੀਂ ਹਾਫ ਟੀ ਸਪੂਨ ਪਾਵਾਂਗੇ। ਦੈਨ ਅਸੀਂ ਨਾਲ ਇਹਦੇ ਵਿੱਚ ਗ੍ਰੀਨ ਚਿੱਲੀ, ਲੈਮਨ ਵਾਟਰ ਅਸੀਂ ਨਾਲ ਹੀ ਐਡ ਕਰ ਦਾਂਗੇ। ਸਭ ਕੁਛ ਐਡ ਕਰਕੇ ਹੁਣ ਅਸੀਂ ਇਹਦਾ ਪਾਣੀ ਜਿਹੜਾ ਇਹ ਵਿੱਚ ਲੱਗ ਰਿਹਾ ਉਹ ਬਿਲਕੁਲ ਅੱਛੀ ਤਰ੍ਹਾਂ ਸੁਕਾ ਲਾਂਗੇ ਹਾਈ ਫਲੇਮ ਕਰਕੇ, ਔਰ ਚਨੇ ਵੀ ਅਸੀਂ ਐਡ ਕਰ ਦਾਂਗੇ। ਤਕਰੀਬਨ 5 ਮਿੰਟਸ ਹੋ ਗਏ ਕੁੱਕ ਕਰਦੇ, ਹੁਣ ਆਲਮੋਸਟ ਇਹ ਡਰਾਈ ਹੋ ਗਿਆ। ਤੁਸੀਂ ਸਿਰਫ ਇਹ ਚੈੱਕ ਕਰਨਾ ਕਿ ਪਾਣੀ ਬਿਲਕੁਲ ਸੁੱਕ ਜਾਏ। ਚਨੇ ਅਸੀਂ ਘਰ ਹੀ ਬੋਇਲ ਕੀਤੇ, ਉਹ ਵਾਲੇ ਯੂਜ਼ ਕੀਤੇ ਆ, ਤੁਸੀਂ ਚਾਹੋ ਤਾਂ ਟਿਨ ਵਾਲੇ ਚਨੇ ਵੀ ਅਸੀਂ ਯੂਜ਼ ਕਰ ਸਕਦੇ ਹਾਂ, ਬਟ ਜਿਹੜੇ ਘਰ ਵਾਲੇ ਚਨੇ ਉਹਨਾਂ ਦਾ ਫਲੇਵਰ ਜ਼ਿਆਦਾ ਅੱਛਾ ਆਏਗਾ। ਔਰ ਜਿਸ ਵੀ ਪਾਣੀ ਡਰਾਈ ਹੋ ਜਾਏ, ਇਹਦੇ ਵਿੱਚੋਂ ਚਨੇ ਬਿਲਕੁਲ ਡਰਾਈ ਹੋ ਜਾਣ, ਅਤੇ ਫਿਰ ਅਸੀਂ ਇਹਦੇ ਵਿੱਚ ਜਿਹੜਾ ਪਿਆਜ਼ ਹਾਫ ਫੁੱਲ ਰਹਿ ਗਿਆ ਸੀਗਾ ਉਹ ਅਸੀਂ ਪਾ ਲਾਂਗੇ। ਐਂਡ ਫਰੈਸ਼ ਕੋਰੀਐਂਡਰ ਅਸੀਂ ਐਡ ਕਰ ਦਾਂਗੇ ਇਹਦੇ ਵਿੱਚ। ਔਰ ਬਸ ਇਹਨੂੰ ਅਸੀਂ ਜਸਟ 1 ਮਿੰਟ ਕੋਰੀਐਂਡਰ ਐਡ ਕਰਨ ਤੋਂ ਬਾਅਦ ਕੁੱਕ ਕਰਕੇ ਨਾਲ ਇਹਦੀ ਫਲੇਮ ਅਸੀਂ ਔਫ ਕਰ ਦਾਂਗੇ। ਸਭ ਤੋਂ ਪਹਿਲਾਂ ਪੈਨ ਵਿੱਚ ਬਟਰ ਲਵਾਂਗੇ, ਬਟਰ ਨਾਲ ਅਸੀਂ ਪੈਨ ਨੂੰ ਥੋੜ੍ਹਾ ਜਿਹਾ ਗ੍ਰੀਸ ਕਰਕੇ, ਜਸਟ ਬਿਲਕੁਲ ਥੋੜ੍ਹਾ ਜਿਹਾ, ਜ਼ਿਆਦਾ ਨਹੀਂ, ਬੰਦ ਨੂੰ ਵਿੱਚੋਂ ਕੱਟ ਲਗਾ ਕੇ ਇਹਦੇ ਵਿੱਚ ਅਸੀਂ ਫਿਰ ਫਿਲਿੰਗ ਕਰਾਂਗੇ। ਬੰਦ ਅਸੀਂ ਪੈਨ ਵਿੱਚ ਇਹਨਾਂ ਨੂੰ ਗਰਮ ਕਰ ਲਾਂਗੇ ਅੱਛੀ ਤਰ੍ਹਾਂ। ਓਕੇ, ਇਸ ਤਰ੍ਹਾਂ ਅਸੀਂ ਛੋਲਿਆਂ ਦੀ ਫਿਲਿੰਗ ਬੰਦ ਵਿੱਚ ਕਰ ਲਈ ਹੈ। ਬਾਕੀ ਨਮਕ ਮਿਰਚ ਵਗੈਰਾ ਤੁਸੀਂ ਅਕੋਰਡਿੰਗ ਟੂ ਆਪਣੇ ਟੇਸਟ ਪਾ ਸਕਦੇ ਹਾਂ। ਓਕੇ ਫਰੈਂਡਸ, ਅਗਰ ਤੁਹਾਨੂੰ ਇਹ ਵੀਡੀਓ ਅੱਛੀ ਲੱਗੀ ਹੋਏ ਆਪਣੇ ਕਮੈਂਟ, ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ, ਔਰ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰਨਾ। ਥੈਂਕ ਯੂ ਫਰੈਂਡਸ, ਬਾਏ ਬਾਏ।